ਨੌਵਾਂ ਤੇ ਬੇਲਾ ਦਾ ਕਤਲ ਕੀਤਾ ਗਿਆ ਸੀਗਾ, ਜਿਹਦੇ ਵਿੱਚ ਅਸੀਂ FIR ਨੰਬਰ 22 ਰਜਿਸਟਰ ਕੀਤੀ ਸੀਗੀ GRP ਥਾਣੇ ਦੇ ਵਿੱਚ। ਉਹਦੇ ਵਿੱਚ ਜਿੰਨੇ ਮੇਨ ਅਕਿਊਜ਼ਡ ਹੈਗੇ ਜੇ ਉਸ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਆਏ ਸੀਗੇ ਉਹ ਆਲਮੋਸਟ ਸਾਰੇ ਫੜੇ ਗਏ, ਐਕਸੈਪਟ ਇੱਕ ਨਵਾਬ ਨਾਂ ਦਾ ਇੱਕ ਮੇਨ ਮੁਜਰਿਮ ਉਹਦੇ ਵਿੱਚ ਰਹਿੰਦਾ ਹੈਗਾ, ਜਿਹਨੇ ਸਾਰਾ ਸਮਾਨ ਇੱਥੇ ਤੋਂ ਲੈ ਕੇ ਦਿੱਲੀ ਵੇਚਿਆ ਸੀਗਾ। ਬਟ ਅਸੀਂ ਹੁਣ 3 ਦਿਨ 4 ਦਿਨ ਪਹਿਲਾਂ ਇੱਕ ਹੈਦਰ ਨਾਮ ਦਾ ਇੱਕ ਹੋਰ ਉਹਦਾ ਐਸੋਸੀਏਟ ਨਵਾਬ ਦਾ ਐਸੋਸੀਏਟ ਅਸੀਂ ਸਹਾਰਨਪੁਰ ਤੋਂ ਫੜ ਕੇ ਲਿਆਏ ਸੀਗੇ, ਜਿਹਦੀ ਪੁੱਛਗਿੱਛ ਆਇਆ ਸੀਗਾ ਕਿ ਇਹਨਾਂ ਨੇ ਸਾਰਾ ਸਮਾਨ ਨੋਇਡਾ ਦੇ ਵਿੱਚ ਇੱਕ ਜਗਦੀਸ਼ ਮੀਟ ਫੈਕਟਰੀ ਹੈ ਉਹਦੇ ਵਿੱਚ ਵੇਚਿਆ ਸੀ। ਅਤੇ ਉਹ ਚੀਜ਼ ਵੈਰੀਫਾਈ ਕਰਨ ਵਾਸਤੇ ਜਦੋਂ ਸਾਡੀ ਟੀਮ ਉੱਥੇ ਗਈ ਸੀਗੀ ਅਤੇ ਉਹਦੇ ਵਿੱਚ ਪਤਾ ਲੱਗਿਆ ਕਿ ਉਹ ਬੇਸਿਕਲੀ ਆਈਸ ਫੈਕਟਰੀ ਦੇ ਨਾਮ ਪਰ ਇੱਕ ਫਰਜੀ ਸੀ ਕੰਪਨੀ ਉੱਥੇ ਕੰਮ ਕਰਦੀ ਹੈ, ਬੇਸਿਕਲੀ ਉਹ ਕੋਲਡ ਸਟੋਰੇਜ ਹੈ। ਅਤੇ ਉਹਦੇ ਵਿੱਚ ਜਦੋਂ ਅਸੀਂ ਰੇਡ ਕੀਤਾ ਤਾਂ ਬੜੀ ਭਾਰੀ ਮਾਤਰਾ ਦੇ ਵਿੱਚ ਉੱਥੇ ਮੀਟ ਮਤਲਬ ਉਹਨੂੰ ਬੀਫ ਨਹੀਂ ਕਹਿ ਸਕਦੇ, ਉਹਨੂੰ ਗੌ ਮਾਸ ਨਹੀਂ ਕਹਿ ਸਕਦੇ, ਬਹੁਤ ਬੜੀ ਭਾਰੀ ਮਾਤਰਾ ਦੇ ਵਿੱਚ ਸਾਨੂੰ ਉੱਥੇ ਤੋਂ ਮੀਟ ਬਰਾਮਦ ਹੋਇਆ ਸੀਗਾ। ਅਤੇ ਉਹਦੇ ਵਿੱਚ ਫਿਰ ਅਸੀਂ ਲੋਕਲ ਪੁਲਿਸ ਦੀ ਹੈਲਪ ਲੈ ਕੇ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਜਗਦੀਸ਼ ਆਈਸ ਫੈਕਟਰੀ ਦਾ ਜੋ ਮਾਲਕ ਹੈ ਉਹਦੀ ਡੈਥ ਹੋ ਗਈ ਹੈ, ਅਤੇ ਉਹਦੇ ਬੇਟੇ ਨੇ ਇਹ ਫੈਕਟਰੀ ਇੱਕ ਮੁਹੰਮਦ ਲਿਕਾਕ ਨਾਂ ਦਾ ਬੰਦਾ ਹੈ ਜਿਹਦੀ ਕੰਪਨੀ ਦਾ ਨਾਮ ਹੈਗਾ ਅਲ ਜ਼ੁਬੈਰ ਫੂਡ, ਉਹਨੂੰ ਇਹਨਾਂ ਨੇ ਉਹਨੂੰ ਸਬਲੇਟ ਕੀਤਾ ਹੈਗਾ ਕੋਲਡ ਸਟੋਰੇਜ। ਅਤੇ ਉਹ ਬੰਦੇ ਦੇ ਕੋਲ ਅਸੀਂ ਜਦੋਂ ਸਾਰੀ ਪਰਮਿਸ਼ਨ ਵਗੈਰਾ ਚੈੱਕ ਕੀਤੀ ਤਾਂ ਪਰਮਿਸ਼ਨ ਸਿਰਫ ਬਫੇਲੋ ਮੀਟ ਦੀ ਹੈ ਨਾ, ਲੀਗਲੀ ਉਹਦੇ ਕੋਲ ਜੇ ਪਰਮਿਸ਼ਨ ਹੈ ਉਹ ਸਿਰਫ ਬਫੇਲੋ ਮੀਟ ਦੀ ਹੈ, ਬਟ ਉਹ ਇਲੀਗਲ ਤਰੀਕੇ ਨਾਲ ਕਈ ਸਾਰੇ ਆਸ ਪਾਸ ਦੇ ਸੂਬਿਆਂ ਤੋਂ ਗਾਓ ਦਾ ਜਾਂ ਕੋਈ ਹੋਰ ਵੀ ਐਨੀਮਲਸ ਜੇ ਵੀ ਹੈਗੇ ਜਿਹਨਾਂ ਦਾ ਮਾਸ ਵਗੈਰਾ ਖਾਇਆ ਜਾਂਦਾ ਹੈਗਾ ਉਹ ਮੀਟ ਵਗੈਰਾ ਪਰਚੇਸ ਕਰਕੇ ਉਹਨੂੰ ਅੱਗੇ ਵੇਚਦਾ ਹੈ। ਇਸ ਕਰਕੇ ਉਹਨੂੰ ਜੋ ਮੁਹੰਮਦ ਲਿਕਾਕ ਹੈਗਾ ਉਹਨੂੰ ਅਸੀਂ ਨੋਮੀਨੇਟ ਕਰਕੇ ਇਸ ਕੇਸ ਦੇ ਵਿੱਚ 420 ਅਤੇ ਇਸ ਤੋਂ ਇਲਾਵਾ 473 ਔਰ ਰਿਲੇਵੈਂਟ ਸੈਕਸ਼ਨ ਆਫ ਆਪਣਾ ਜੇ ਹੈਗਾ ਐਨੀਮਲ ਹਸਬੈਂਡਰੀ ਐਕਟ ਦੇ ਐਨੀਮਲ ਹਸਬੈਂਡਰੀ ਐਕਸਪਰਟ ਵੱਲੋਂ ਜੇ ਸਾਨੂੰ ਰਿਪੋਰਟ ਦਿੱਤੀ ਗਈ ਹੈ ਉਦੋਂ ਮੁਤਾਬਿਕ ਜੇ ਫਰਦਰ ਸਪੈਸ਼ਲ ਐਕਟਸ ਦੀ ਪਾਵਰ ਹੈਗੀ ਉਹਦੇ ਵਿੱਚ ਇਹਨਾਂ ਦੇ ਖਿਲਾਫ ਕਾਰਵਾਈ। ਸਰ ਜਿਹੜੇ ਨਵਾਬ ਔਰ ਹੈਦਰ ਹੈ ਕਿੱਥੇ ਦੇ ਰਹਿਣ ਵਾਲੇ ਸੀ? ਨਵਾਬ ਅਤੇ ਹੈਦਰ ਦੋਵੇਂ ਸਹਾਰਨਪੁਰ ਦੇ ਰਹਿਣ ਵਾਲੇ ਹੈਗੇ ਅਤੇ ਇਹ ਪੰਜਾਬ ਹਰਿਆਣਾ ਹਿਮਾਚਲ ਤੋਂ ਕਈ ਸਾਰੀ ਥਾਂ ਤੋਂ ਡਿਫਰੈਂਟ ਐਨੀਮਲ ਦਾ ਕੈਟਲ ਹੈ ਜਿਹਦੀ ਗਾਂ ਭੈਂਸ ਬੈਲ ਉਹ ਸਾਰੇ ਦੇ ਜੋ ਮਾਸ ਹੁੰਦਾ ਉਹ ਲੈ ਕੇ ਅੱਗੇ ਵੇਚਦੇ ਸੀਗੇ ਦਿੱਲੀ ਵਿੱਚ ਨੋਇਡਾ ਵਿੱਚ। ਸਰ ਇਸ ਮਸਲੇ ਨੂੰ ਲੈ ਕੇ ਜਿਹੜਾ ਹਿੰਦੂ ਔਰ ਮੁਸਲਿਮ ਦੇ ਵਿੱਚ ਇੱਕ ਵਿਵਾਦ ਸਟਾਰਟ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੇ ਪੁਲਿਸ ਨੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਸਿਰਫ 36 ਘੰਟੇ ਦੇ ਵਿੱਚ ਇਹ ਕੇਸ ਫੇਸ ਕੀਤਾ ਸੀਗਾ ਜਿਹਦੇ ਬਾਰੇ ਕੋਈ ਵੀ ਸਾਡੇ ਕੋਲ ਐਸ ਪਰ ਰਿਕਾਰਡ ਐਵੀਡੈਂਸ ਨਹੀਂ ਸੀਗਾ, ਬਟ ਸਿਰਫ 36 ਘੰਟੇ ਦੇ ਵਿੱਚ ਅਸੀਂ ਇਹ ਕੇਸ ਫੇਸ ਕੀਤਾ ਸੀਗਾ ਅਤੇ ਉਹਦੇ ਵਿੱਚ ਅਕਿਊਜ਼ਡ ਮੇਨ 7 ਬੰਦੇ ਸੀਗੇ ਉਹਨੂੰ ਵੀ ਅਰੈਸਟ ਕਰ ਲਏ ਸੀਗੇ। ਅਤੇ ਹੁਣ ਇਸ ਇੰਸੀਡੈਂਟ ਨੂੰ ਟੋਟਲ ਅੱਜ 11 ਦਿਨ ਹੋ ਗਏ ਅਤੇ ਫਿਰ ਵੀ ਅਸੀਂ ਉਹਦੇ ਪਿੱਛੇ ਲੱਗੇ ਹੋਏ ਨੇ, ਉਹਦੇ ਵਿੱਚ ਜਿੰਨੇ ਵੀ ਅਕਿਊਜ਼ ਨੇ ਉਹ ਕੋਈ ਵੀ ਦੋਸ਼ੀ ਅਸੀਂ ਨਹੀਂ ਛੱਡਾਂਗੇ, ਉਹੀ ਸਾਡੀ ਸੀਰੀਅਸਨੈਸ ਸੀ। ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਕੇਸ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਕੋਤਾਹੀ ਨਹੀਂ ਹੈ, ਬਟ ਇਸ ਇਸ਼ੂ ਨੂੰ ਲੈ ਕੇ ਅਗਰ ਕੋਈ ਜੇ ਸੋਸਾਇਟੀ ਦੀ ਕਮਿਊਨਲ ਹਾਰਮਨੀ ਅਤੇ ਲੋ ਐਂਡ ਆਰਡਰ ਨੂੰ ਕੋਈ ਵਾਇਲੇਟ ਕਰਨ ਦੀ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿੱਦਾਂ ਅੱਜ ਵੀ ਹੈ ਨਾ ਸਾਡੇ ਹੁਸ਼ਿਆਰਪੁਰ ਦੇ ਵਿੱਚ ਮੁਸਲਿਮ ਸਮੁਦਾਇ ਦੇ ਕੁਛ ਲੋਕ ਇੱਥੇ ਆਏ ਆ ਬਾਹਰ ਪੰਜਾਬ ਲੈਵਲ ਤੋਂ ਅਤੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ, ਉਹਦੇ ਵਿੱਚ ਉਹ ਵੀ ਕੁਛ ਹੈ ਨਾ ਇਸ ਮੁੱਦੇ ਨੂੰ ਚੱਕਣਾ ਚਾਹੁੰਦੇ ਆ ਵੀ ਹੈ ਨਾ ਸਾਡੇ ਮੁਸਲਮਾਨਾਂ ਨੂੰ ਲੈ ਕੇ ਇਸ ਤਰ੍ਹਾਂ ਕੋਸ਼ਿਸ਼ ਨਾਲ ਕੁਛ ਕਮਿਊਨਿਟੀ ਦੇ ਬੰਦੇ ਨੂੰ ਕੁੱਟਿਆ ਸੀਗਾ ਜਿਹਦੇ ਵਿੱਚ ਅਸੀਂ FIR ਵੀ ਕੀਤੀ ਹੈ ਤੇ ਇੱਕ ਅਕੀਜ਼ ਉਹਦੇ ਵਿੱਚ ਅਸੀਂ ਅਰੈਸਟ ਵੀ ਕੀਤਾ ਹੈ ਤੇ ਹੋਰ ਅਕੀਜ਼ ਨੂੰ ਫੜਨ ਬਾਰੇ ਸਾਡੇ ਐਫਰਟ ਜਾਰੀ ਨੇ। BAU ਵੱਲੋਂ ਪਾਸ 60 ਮੂੰਗੀ ਦੀ ਨਵੀਂ ਕਿਸਮ ਦਾ ਬੀਜ SML 1827 ਫਾਊਂਡੇਸ਼ਨ ਬੀਜ ਖਰੀਦੋ ਬਰਾੜ ਸੀਡਸ ਲੁਧਿਆਣਾ 98140 97127।